ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਘਰ ਦੇ ਬਾਹਰੋਂ ਇਸ ਤਰ੍ਹਾਂ ਬੱਚਾ ਹੋ ਗਿਆ ਲਾਪਤਾ ਮੱਚੀ ਹਹਾਕਾਰ ਭਾਲ ਜੂਰਾਂ ਤੇ ਜਾਰੀ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਸਕੇ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਆਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਬੱਚੇ ਦੀ ਤਸਵੀਰ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਜੋ ਬੱਚਾ ਲਾਪਤਾ ਹੋਇਆ ਹੈ ਜੀ ਹਾਂ ਦੋਸਤੋ ਹੁਣ ਪੰਜਾਬ ਦੇ ਵਿੱਚ ਘਰ ਦੇ ਬਾਹਰੋਂ ਹੀ ਬੱਚੇ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਜਿੱਥੇ ਹਾਹਾਕਾਰ ਮਚ ਗਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਜਲੰਧਰ ਨਗਰ ਨਿਗਮ ਦੀ ਪਾਰਕਿੰਗ ਦੇ ਵਿੱਚ ਠਿਕਦੇ ਕੰਮ ਕਰਨ ਵਾਲੇ ਇੱਕ ਮਿਊਸਪਲ ਕੁਆਟਰ ਵਿੱਚ ਰਹਿਣ ਵਾਲੇ ਮੁਲਾਜ਼ਮ ਦਾ ਪੁੱਤਰ ਲਾਪਤਾ ਹੋ ਗਿਆ ਇਸ ਮੁਲਾਜ਼ਮ ਦਾ 12 ਸਾਲਾਂ ਦਾ ਬੱਚਾ ਘਰ ਦੇ ਬਾਹਰੋਂ ਗਾਇਬ ਹੋ ਗਿਆ ਜਿਹਸ ਬੰਦੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਬਾਹਰ ਖੇਡ ਰਿਹਾ ਸੀ ਅਤੇ ਨਜ਼ਦੀਕ ਲੱਗੇ ਹੋਏ ਨਗਰ ਨਿਗਮਾਂ ਦੇ ਸੀਸੀਟੀਵੀ ਕੈਮਰੇ ਖਰਾਬ ਹੋਣ ਦੇ ਕਾਰਨ ਬੱਚੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਹੈ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਪਾਰਟੀ ਵੱਲੋਂ ਵੀ ਆਪਣੀ ਕਾਰਵਾਈ ਕਰਦੇ ਹੋਏ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਬੱਚੇ ਦੇ ਗਾਇਬ ਹੋਣ ਬਾਰੇ ਉਸਦੇ ਪਿਤਾ ਪਵਨ ਕੁਮਾਰ ਨੇ ਵੱਲੋਂ ਦੱਸਿਆ ਹੈ ਕਿ ਉਹ ਨਗਰ ਨਿਗਮ ਪਾਰਕਿੰਗ ਬੈਚ ਪਿਛਲੇ 8 ਮਹੀਨਿਆਂ ਤੋਂ ਕੰਮ ਕਰ ਰਿਹਾ ਹੈ ਅਤੇ ਉਹਦਾ ਪਰਿਵਾਰ ਮਿਊਸਪਲ ਕੁਆਟਰ ਵਿੱਚ ਰਹਿੰਦਾ ਤੇ ਉੱਥੇ ਹੀ ਕਰਦੇ ਬਾਹਰ ਉਹਨਾਂ ਦਾ ਪੁੱਤਰ ਰੋਜ਼ਾਨਾ ਦੀ ਤਰ੍ਹਾਂ ਖੇਡ ਰਿਹਾ ਤੇ ਉਹਦਾ 12 ਸਾਲਾ ਦਾ ਪੁੱਤਰ ਸ਼ਖਸ਼ਮ ਕੁਮਾਰ 2-3 ਬੱਚਿਆਂ ਦੇ ਨਾਲ ਬਾਹਰ ਖੇਡ ਰਿਹਾ ਏ ਜੋ ਕਿ ਕੱਪੜੇ ਵਿੱਚ ਕੋਈ ਚੀਜ਼ ਪਾ ਕੇ ਨਸ਼ਾ ਕਰੇ ਸਨ ਉੱਥੇ ਹੀ ਉਹ ਬੱਚੇ ਆਪਸ ਵਿੱਚ ਲੜ ਪਏ ਤੇ ਉਹ ਆਪਣੇ ਪੁੱਤਰ ਨੂੰ ਵਾਪਸ ਕਰ ਲੈ ਆਇਆ ਕੁਝ ਦਿਨ ਬਾਅਦ ਉਹਨਾਂ ਦਾ ਪੁੱਤਰ ਫਿਰ ਤੋਂ ਬਾਹਰ ਖੇਡਣ ਚਲਾ ਗਿਆ ਜਿਸ ਤੋਂ ਬਾਅਦ ਨਹੀਂ ਪਰਤਿਆ